ਮੌਤ اور ਜ਼ਿੰਦਗੀ ਕੇ ਲਈ ਲੜ ਰਹਾ ਹੈ ਸੁਨੀਲ ਜੀ ਹਾਂ ਤਾਂ ਕੀ ਜ਼ਿੰਦਗੀ ਜੀਤ ਜਾਏਗਾ ਸੁਨੀਲ ਚਲੋ ਚੰਡੀਗੜ੍ਹ ਦਾ ਇੱਕ ਕੈਂਚ ਚੈੱਕ ਕਰਾਈਆ ਅੰਨੇ ਦਾ ਨਹੀਂ ਮਤਲਬ ਹਿੰਮਤ ਬਣੀ ਮਤਲਬ 10 15% ਮੇਰੇ ਫਰਕ ਪਈਦਾ ਸੀ ਲੋਕੇ ਦਾ ਬੜਾ ਬੜਾ ਸ਼ੁਕਰੀਆ ਬੜਾ ਬੜਾ ਧੰਨਵਾਦ ਆਥੇ ਪੈ ਰਹੇ ਆਸ ਹੱਥ ਲਾਣੇ ਆਸ ਤੇ ਦਿਨ ਰਾਤ ਜਿਹਨੇ ਲੋਕੇ ਵਿਚਾਰੇ ਸਾਡੀ ਮਦਦ ਕੀਤੀ ਚੈੱਕ ਜੀਆਂ ਕੀਆਂ ਕੀਤੀ ਲੇਕਿਨ ਬੜਾ ਅੱਛਾ ਹੈ ਹੋਰ ਥੋੜੀ ਮਦਦ ਕਰੂਨ ਦਾ ਬਿਲਕੁਲ ठीक ठाक वो होने दी सुनील मैंने बताया कुछ महीने पहले हमने खबर दिखाई थी और उसके बाद काफ़ी लोगों ने मदद की है कुछ पैसे जो थे लाखों के हिसाब से इनको मिले हैं लेकिन उसके बाद अब सुनील जो है वो दस परसेंट हम मान सकते हैं कि वो लगभग ठीक हुआ है लेकिन घर वालों की भी एक आस उम्मीद जो है वो जागी है कि शायद कुछ वर्षों के बाद सुनील फिर से हंसने खेलने कूदने लगेगा उनके दैनिक स्टेट समाचार में आप सभी का स्वागत है मैं हूं अरुण शर्मा कुछ महीने पहले हमने आपको एक खबर दिखाई थी सुनील की जो बेड पे पड़ा हुआ है और कुछ तस्वीरें मैं आपको दिखा भी रहा हूं लेकिन उसके बाद उस खबर के बाद काफ़ी कुछ जो है वो बदला है कुछ रुपयों की मदद इन लोगों को मिली है और अगर हमने अगर आज बात की जाए तो आज हमने देखा तो लगभग हमें भी लगता है कि दस जो फर्क है वो पड़ा हुआ है लेकिन अभी ਮੰਜ਼ਿਲ ਦੂਰ ਹੈ। ਤਾਂ ਹਮ ਉਸ ਉਨ੍ਹਾਂ ਕੇ ਭਾਈ ਸੇ ਬਾਤ ਕਰਤੇ ਹੈ। ਹਮਾਰੇ ਸਾਥ ਮੌਜੂਦ ਹੈ ਸੁਨੀਲ ਕੇ ਭਾਈ ਭਾਈ ਜੀ ਪਹਿਲਾਂ ਆਪਣਾ ਨਾਮ ਬਤਾਏ। ਮੇਰਾ ਨਾਮ ਹੈ ਰਾਹੁਲ ਸ਼ਰਮਾ। ਹਾਂਜੀ। ਤੇ ਮੇਰਾ ਨਿਕਾਪਰਾ ਨਾਮ ਹੈ ਸੁਨੀਲ ਕੁਮਾਰ। ਹਮ ਦੇ ਲੋਕੇ ਪਹਿਲੇ 1.5 ਮਹੀਨੇ ਅਰੇ ਖਬਰ ਦਿੱਤੀ। ਮੀਡੀਆ ਵਿੱਚ ਤੇ ਮਤਲਬ ਕਿ ਮਦਦ ਕਰਨ ਦਾ ਆਖਿਆ ਲੋਕੇ ਲੋਕੇ ਮਦਦ ਵੀ ਕੀਤੀ 10 ਦਿੱਤਾ, 20 ਦਿੱਤਾ, 50 ਦਿੱਤਾ, 100 ਦਿੱਤਾ, ਲੇਕਿ ਲੋਕ ਮਦਦ ਨਹੀਂ ਕਰਦੇ ਤੇ ਅਸੇ ਮਤਲਬ ਚੰਡੀਗੜ੍ਹ ਵਗੈਰਾ ਨਹੀਂ ਲਈ ਸਕੇ ਕੀ ਗਰੀਬ ਬੰਦੇ ਤੇ ਢੜੀ ਲਾਂਦੇ ਢੜੀ ਹੋਰ ਵੀ ਢੜੀ ਲਾਂਦੇ ਤੇ ਉਹ ਪੰਜ 6 ਮਹੀਨੇ ਹੋਣ ਲੱਗੇ ਤੇ ਇਹ ਜਿਲ੍ਹਾ ਚੰਡੀਗੜ੍ਹ ਦਾ ਆਣ ਨੇ ਤੇ ਪਹਿਲੇ ਮਤਲਬ ਰਿਸਪਾਂਸ ਘੱਟ ਸੀ ਉਹਨੂੰ ਮਤਲਬ ਕਿ ਕੋਈ 5 10% ਫਰਕ ਪੇਦਾ ਸੀ ਇਹਦੇ ਮਤਲਬ ਲੋਕੇ ਦਾ ਬੜਾ ਬੜਾ ਧੰਨਵਾਦ ਤੇ ਮੈਂ ਆਖਣਾ ਆਈ ਗਰਮੀਆਂ ਵਧੀਆਂ ਵੀ ਮਤਲਬ ਆਈ ਡਾਕਟਰ ਦੇ ਆਖੇ ਉਥਾ ਆਏ ਜੇ ਲੱਸ ਮਤਲਬ ਕਿ 10 15% ਮਤਲਬ ਉਸੇ ਫਰਕ ਪੇਦਾ ਉਹ ਕਾਰਪੂਜ ਦੇ ਮਤਲਬ ਕਿ ਉਹ ਵੀ 15 20 ਦਿਨਾਂ ਬਾਅਦ ਸਹੀ ਜੰਮੂ ਲੈਣਾ ਬੰਦਾ ਚੱਕ ਰਣਾ ਹੱਸਾ ਤੇ ਮਤਲਬ ਦਵਾਈਆਂ ਵਗੈਰਾ ਖਰਚਾ ਹੀ ਬੜਾ 15 20 ਹਜ਼ਾਰ ਬੇ ਨਾਰਮਲ ਖਰਚਾ ਹੋ ਹੀ ਜਾਂਦਾ ਤੇ ਇਹ ਲੋਕੇ ਮਤਲਬ ਨਹੀਂ ਕਰਦੇ ਮਤਲਬ ਹੀ ਮਿਕਨ ਲੱਗਦਾ ਮਤਲਬ ਉਹ ਠੀਕ ਹੋ ਹੀ ਸਕਦਾ ਉਹ ਡਾਕਟਰ ਇਹ 2 3 ਸਾਲ ਲੱਗੀ ਸਕਦੇ ਮਤਲਬ ਲੋਕੇ ਬੜੇ ਬੜੀ ਧੰਨਵਾਦ ਮਤਲਬ ਲੋਕਾਂ ਨੇ ਮਦਦ ਕੀਤੀ ਤੇ ਬੜਾ ਸ਼ੱਕ ਕੀਤਾ ਮਤਲਬ ਲੋਕਾਂ ਨੇ ਲੋਕੇ ਹੀ ਹੱਥ ਛੁੜੀ ਆਖਣਾ ਮਤਲਬ ਕਿ ਬੜੀ ਬੜੀ ਮਿਹਰਬਾਨੀ ਥੋੜੀ ਮੈਂ ਸਾਡੀ ਮਦਦ ਕੀਤੀ ਗਰੀਬ ਬੰਦੇ ਮਤਲਬ ਮਦਦ ਕਰਦੇ ਭਗਵਾਨ ਵੀ ਕਰਦਾ ਲੇਕਿਨ ਇਹ ਮਤਲਬ ਕਿ ਲੋਕੇ ਕੀਤੀ ਸਾਡੀ ਉਹ ਉਹ ਸਾਡੇ ਤੇ ਭਗਵਾਨ ਤੇ ਰਾਹੁਲ ਜੀ ਇਹ ਕੀ ਅਪੀਲ ਕਰਦੇ ਹੋ ਤੁਸੀਂ ਲੋਕੇ ਕੰਨੇ ਉਸ ਉੱਪਰ ਵਾਲੇ ਪਰਮਾਤਮਾ ਅੱਗੇ ਕਿ ਕੀ ਚਾਹੁੰਦੇ ਹੋ ਤੁਸੀਂ ਚਾਹਨੇ ਇਹ ਬੜਾ ਮਦਦ ਕੀਤੀ ਜਿਵੇਂ ਪਹਿਲੇ ਮਦਦ ਕੀਤੀ ਅਸ ਇਹ ਗੁੰਜਾਰਿਸ਼ ਕਰਨੇ ਥੋੜੀ ਬਦਮਤ ਹੋਰ ਕਰੂ ਆਈ ਦੇਖੋ ਟਾਈਮ ਲੱਗਣਾ ਸੀ ਮਤਲਬ ਕੋਈ ਆਖੋ ਤਾਂ ਆਈ ਅੱਧੀ ਮੰਜ਼ਿਲ ਪਾਰ ਨਹੀਂ ਹੋਈਦੀ ਐ ਆਈ 10% ਮਤਲਬ ਚਾਂਸ ਮਤਲਬ ਅਸੀਂ ਹਿੰਮਤ ਜੱਗੀ ਦੀ ਮਤਲਬ ਇਹ 2-3 ਸਾਲ ਲੱਗ ਗਏ ਤੇ ਸਾੜੇ ਗਏ ਮਤਲਬ ਇੰਨੇ ਪੈਸੇ ਨਹੀਂ ਐ ਮਤਲਬ ਔਰ ਕਬੀ ਕ ਉਹੀ ਸਾਲ ਆਓ ਲੇਕਿਨ ਇਹ ਰਿਕਵੈਸਟ ਕਰਨੇ ਔਰ ਥੋੜੀ ਬਹੁਤ ਮਦਦ ਹੋ ਜਾ ਮਤਲਬ ਵੀ ਥੋੜਾ ਠੀਕ ਹੋਈ ਜਾ ਜਿਲ੍ਹੇ ਸੇ ਪਹਿਲੇ ਖਬਰ ਦਸੀ ਹੀ ਤੇ ਤੱਲੂ ਥੋੜਾ ਹੌਸ ਲਕਣਿਆ ਹਾਂ ਤੇ ਉਨਕਣਿਆ ਹੋਇਆ ਪਹਿਲੇ ਦੇ ਮਤਲਬ ਅਸੀਂ ਮੇਰੇ ਵਿੱਚ ਮਰ ਜਾਨ ਵੀ ਨਹੀਂ ਸੀ ਉਹ ਥੋੜਾ ਮਾ ਹਿੰਮਤ ਆਈ ਦੀ ਮਤਲਬ ਕਿ ਮਤਲਬ ਠੀਕ ਹੋ ਵਾਕਾ برو ਵਾਲਾ ਤੇ ਚਲੋ ਚੰਡੀਗੜ੍ਹ ਦਾ ਇੱਕ ਇੱਕ ਚੈੱਕ ਕਰਾਈ ਆ ਅੰਨੇ ਦਾ ਨਹੀਂ ਮੈਂ ਥੋੜੀ ਹਿੰਮਤ ਬਣੀ ਮਤਲਬ 10 15% ਮੇਰੇ ਫਰਕ ਪੈਦਾ ਸੀ ਹਾਂ ਤੇ ਮਤਲਬ ਉਹ ਜਿੰਨੇ ਜਿਆ ਟਾਈਮ ਹੁੰਦੇ ਉਹ ਫਰਕ ਪਾਉਂਦੇ ਮਤਲਬ ਠੀਕ ਹੋ ਜਾਂਣਾ ਉਹਨਾਂ ਚਲੋ ਅਸੀਂ ਵੀ ਇਹ ਹੀ ਦੁਆ ਕਰਦੇ ਹਾਂ ਕਿ सुनील जो है वो जल्द से जल्द ठीक हो जाए और अपने भाइयों के साथ अपने परिवार के साथ वैसे ही खुलकर हंसे खेले और खाए मैं आपको बता दूं कि कुछ दिन पहले जैसे मैंने बताया कुछ महीने पहले हमने खबर दिखाई थी और उसके बाद काफ़ी लोगों ने मदद किया है कुछ पैसे जो थे लाखों के हिसाब से इनको मिले हैं लेकिन उसके बाद अब सुनील जो है वो दस परसेंट हम मान सकते हैं कि वो लगभग ठीक हुआ है लेकिन घर वालों की भी एक आस उम्मीद जो है वो जागी है कि शायद ਕੁਝ ਵਰਸੋਂ ਕੇ ਬਾਦ ਸੁਨੀਲ ਫਿਰ ਸੇ ਹਸਨੇ ਖੇਲਨੇ ਕੁੱਦ ਲੇਗਾ। ਉਹਨਕੇ ਪਿਤਾ ਜੀ ਹਮਾਰਾ ਸਾਥ ਮੌਜੂਦ ਹੈ। ਜੀ, ਕੀ ਆਖਣਾ ਚਾਹੁੰਦੇ ਹੋ? ਜਿ ਲੈ ਖਬਰ ਕਿਤੀ ਉਹਨੜੇ ਬਾਦ ਕਿੰਨਾ ਅਸਰ ਪਿਆ, ਕਿੰਨਾ ਫਰਕ ਪਿਆ, ਕਿੰਨਾ ਫਾਇਦਾ ਮਿਲਿਆ ਸੀ? 10-15% ਆ ਫਾਇਦਾ। ਹਾਂ। ਔਰ ਥੋੜੀ ਜਿਹੀ ਗਰਮਾਤ ਦੋ ਯਾ ਤੋੜਨੇ ਬਸ ਅਸੇ ਚਾਹਨੇ ਕੇ ਹੋਰ ਠੀਕ ਹੋ ਹੀ ਸਕਤਾ। ਲੋਕੇ ਦਾ ਬੜਾ ਬੜਾ ਸ਼ੁਕਰੀਆ, ਬੜਾ ਬੜਾ ਧੰਨਵਾਦ। ਆਥੇ ਪੈ ਰਹੇ ਹਾਸ, ਹੱਥ ਲਾਣੇ ਆਸ ਤੇ। ਦਿਨ ਰਾਤ ਜਿਹਨੇ ਲੋਕੇ ਵਿਚਾਰੇ ਸਾਡੀ ਮਦਦ ਕੀਤੀ। ਚੈਕ ਜੀ ਆ ਗਿਆ ਕੀਆ ਕੀਤੀ ਲੇਕਿਨ ਬੜਾ ਅੱਛਾ ਹੈ ਹੋਰ ਥੋੜੀ ਮਦਦ ਕਰੂ ਬਿਲਕੁਲ ਠੀਕ ਠਾਕ ਹੋਣੇ ਦੀ ਅਮੀਤ ਐ ਸੇ ਬਸ ਕੀ ਲੱਗਦਾ ਲੋਕ ਜਿਹੜੀ ਮਦਦ ਕੀਤੀ ਹੈ ਉਹਦਾ ਫਾਇਦਾ ਮਿਲਿਆ ਸੁਨੀਲ ਕੀ ਫਾਇਦਾ ਮਿਲਿਆ ਜ਼ਰੂਰੀ ਕਾਮਯਾਬੀ ਮਿਲਾਦੀ ਹੈ ਹਮ ਆਸਤਾ ਆਸਤਾ ਮਤਲਬ ਖਬਰ ਦੇਖੋ ਮਾਤਾ ਰਾਣੀ ਦੇ ਦਰਬਾਰ ਵਿੱਚ ਆਸਤਾ ਆਸਤਾ ਮਾਤਾ ਰਾਣੀ ਅਸੀਂ ਉਸ ਦਿਨ ਖਬਰ ਕੀਤੀ ਤਾਂ ਬੜੇ ਮਾਇੂਸ ਲੱਗਾ ਤੇ ਦੱਸ ਹਾਂ ਲੇਕਿਨ ਅੱਜ ਫਿਰ ਲਗਭਗ ਥੋੜਾ ਜਿਹਾ ਕੰਫੀਡੈਂਸ ਹੈ ਥੋੜੇ ਚ ਅੱਜਾਸ ਥੋੜਾ ਮਤਲਬ ਲੋਕੇ ਸਾਡੇ ਨੇ ਕਿੰਨਾ ਅੱਛਾ ਕੰਮ ਕੀਤਾ ਇੰਨੀ ਮਦਦ ਕੀਤੀ ਥੋੜਾ ਮਤਲਬ ਅਸੀਂ ਵੀ ਉਹਦੇ ਚਿਹਰਾ ਵੀ ਦੇਖੀ ਹੈ ਮਤਲਬ ਸਾਡੇ ਦਿਲ ਐਚ ਵੀ ਮਤਲਬ ਮੁਸਕਰਾ ਮਤਲਬ ਜਾਗਾਦੀ ਹੈ ਮਤਲਬ ਹੋ ਹੀ ਸਕਦਾ ਠੀਕ ਮਾਤਾ ਰਾਣੀ ਵੀ ਸਾਡੀ ਮਦਦ ਕਰਾਦੀ ਕਿੰਨਾ ਖਰਚ ਆ ਜਾਂਦਾ ਮਹੀਨੇ ਦਾ ਮਹੀਨੇ ਦਾ ਇਹ ਲਗਭਗ 15 2000 ਲੱਗੀ ਜਾਂਦਾ ਅੱਛਾ 2000 ਲੱਗੀ ਜਾਂਦਾ ਉਹ ਬਈਆਂ ਅੱਗੇ ਪਿਛੇ ਲਾਈ ਲੋਈਏ ਜਿਹੜੀ ਮਦਦਕਾਰ ਆਣ ਜਿਹੜਾ ਅਜੇ ਤੱਕ ਤਾਂ ਮਤਲਬ ਕੰਮ ਚੱਲਿਆ ਕਰਾਦਾ ਜਿਹੜਾ ਪੈਸਾ ਤੁਸੀਂ ਲੋਕੇ ਦਿੱਤੇ ਆ ਫੰਡ ਕੀਤਾ ਹਾ ਉਹ ਤੇ ਲਾਜਗਲ ਲਾਉੜ ਦੀ ਚੰਡੀਗੜ੍ਹ ਜਾਈਏ ਹੁਣ ਅੱਗੇ ਖਰਚਾ ਅੱਗੇ ਚਲਾ ਦੋ ਅੱਗੇ ਦੇਖਣੇ ਆ ਵੀ ਹੁਣ ਕੋਈ ਨਾ ਕੋਈ ਮਦਦਕਾਰ ਦੇ ਆ ਕੋਈ ਮਦਦਕਾਰ ਆ ਤਾਂ ਅੱਛੀ ਗੱਲ ਐ ਸੋ ਕੁਛ ਗੁਲਗਿਨ ਐਸੋ ਹੋਇਆ ਜੇਕਰ ਕੋਈ ਮਿਹਰਬਾਨੀ ਕਰੇ तो उनका बेचारे लख लख शुक्रिया दिन रात आस ये अपील करने परमात्मा उन्हें लख लाख बरकत दिया काम धंधेज ऊं दे जी मतलब तो ये थे सुनील के पिता ये भाई थे इन्होंने अपनी बात बता दी जैसे मैंने पहले बताया कि कुछ महीने पहले खबर की थी लेकिन उस समय जो कंडीशन थी सुनील की काफ़ी बुरी थी लेकिन अब 10 परसेंट जो फर्क पड़ा है और उसके बाद परिवार वाले भी उन लोगों का दिल से शुक्रिया कर रहे हैं जिन लोगों ने मदद की है चाहे जितने भी पैसे उन्होंने इनके अकाउंट में डाले हैं लेकिन ये उन पैसों को कम नहीं समझते क्योंकि उसकी वजह से जितना असर पड़ा है क्योंकि परिवार वालों की एक उम्मीद जागी है एक आस जागी है कि शायद बहुत ही जल्द दो तीन साल तक इनका जो बेटा है इनका जो भाई है वो जल्द ही चलने फिरने लगेगा और फिर परिवार में खुशियां जो हैं वो लौट के आ जाएंगी हम भी यही दुआ करते हैं ऊपर वाले से कि सुनील जो है वो जल्द से जल्द ठीक हो जाए और अगर कोई मदद इनकी और करना चाहता है तो वो भी आगे आए फिलहाल मुझे और मेरे कैमरामैन को दीजिए इजाज़त नमस्कार